उम्मीदवार। आम आदमी पार्टी जिंदाबाद जिंदाबाद, आम आदमी पार्टी जिंदाबाद। हम बड़े खुश हैं जीत से, बहुत ज्यादा बहुत मेहनत किए थे सब, और बदलाव लाना बहुत जरूरी। बिल्कुल, सब पे झाड़ू फिरेगा, फिर गया, फिर गया। मेडिकल फ्री, शिक्षा फ्री, सब कुछ फ्री, मतलब हर चीज, मतलब हर चीज ही बल्ले बल्ले आ जी, झाड़ू फिर के सारी जगह। असीं बहुत खुश है, अज साडा आम आदमी पार्टी साडी आ गई, साडियां सारियां हुण पूरियां होणगीयां मंगां, जो भी हैगा साडे सारे काम होणगे। हजार हजार रुपए भी मिलणगे। हां जी बिल्कुल, ऐसी गल रज के सोवांगे। सारे लई आ गए जी, जिहड़िआं ने नहीं पाई उहनां वास्ते भी आ गए जी, उहनां नूं भी मिलणगे। बहुत ज्यादा खुश है भी साडा आम आदमी साडी आ चुकी है, और बीबीआं नूं जिहड़ा जिन्ने साडी परवर सिंह पर परवर सिंह दी सानूं बहुत खुशी है कि साडे हलके दे एमएलए बड़े वधिया तरीके नाल जित्ते ने, ते सानूं हुण खुशी इस करके कि सारे साडे काम होणगे, ते सानूं होर भी मतलब जिद्दा बीबीआं ठीक है। मतलब जी की गल है, बड़ी मेहनत की है, बहुत मेहनत की है, क्या कहना चाहोगे? जीत जीत पक्की है, थकावट उतरी है, लड़ लेगी ठीक। अजी भी कुछ कहना चाहोगे? साडा आ गया मोहाली च कलवंत। आम आदमी पार्टी इस करके चुनी है क्योंकि सानू एजुकेशन बारे वधिया विचार मिलते हैं कि दिल्ली च केजरीवाल साहब ने बहुत कुछ किया है, ठीक है, चंगा बहुत है पंजाब में, चंगा कर इस करके मैं ये उन्होंने गुजारिश करता कि एजुकेशन वधिया बनाउन, स्कूलों वधिया बनाउन, ताकि बच्चों को एजुकेशन वधिया मिले, तो बच्चों को जॉब वधिया मिले। मोहाली तो सर मैं मोहाली तो जिले रुड़का, हाँ जी मैं बहुत खुशी है, साडा वीर जीतिया, साडा अपना जीतिया। ਸਾਨੂੰ ਅੱਜ ਬਹੁਤ ਖੁਸ਼ੀ ਹੋਈ ਹੈ, ਅੱਜ ਮਨਜੇਤ ਠੀਕ ਭਾਜੀ ਜਿੱਤ ਗਏ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਲੱਗੀ। ਵੋਟਾਂ ਵੀ ਪਾਈਆ, ਅੱਜ ਵੋਟਾਂ ਪਤਾ ਹੀ ਜਿੱਤੇ ਨੇ, ਖੜੇ ਹੋਏ ਆ, ਖੜੇ ਹੋਏ ਆ, ਇਹ ਵੋਟਾਂ ਹੀ ਪਾਈ ਹੁੰਦੀ। ਆਮ ਆਦਮੀ ਪਾਰਟੀ ਜ਼ਿੰਦਾਬਾਦ। ਆਓ ਜੀ, ਆਓ ਆਓ, ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹਾਂ। ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਨਾ ਹੁੰਦੀ, ਅੱਜ ਲੋਕਾਂ ਨੇ ਦਿਖਾ ਦਿੱਤਾ ਹੈ ਵੋਟਾਂ ਪਾ ਕੇ, ਭਾਰੀ ਗਿਣਤੀ ਦੇ ਨਾਲ, ਭਾਰੀ ਗਿਣਤੀ ਨਾਲ ਸਾਡੀ ਜਿੱਤ ਹੋਈ ਹੈ, ਸਾਨੂੰ ਇਸ ਦੀ ਬਹੁਤ ਖੁਸ਼ੀ ਹੈ ਜੀ। ਮੋਹਾਲੀ ਹਲਕੇ ਜਿਹੜੇ ਤਿੰਨ ਵਾਰ ਐਮਐਲਏ ਰਹੇ, ਮੰਤਰੀ ਵੀ ਰਹੇ ਆ, ਬਾਰ ਬਾਰ ਗੱਲ ਚੱਲਦੀ ਸੀ, ਬੜੀ ਜੋਰ ਜੋਰ ਚੱਕਰ ਹੈ ਜੀ, ਚੱਕਰ ਹੈ। ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ, ਨਾ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ ਮੈਂ। ਜਿੱਤ ਹੋਈ ਸਾਡੇ, ਸਾਨੂੰ ਬਹੁਤ ਵੀ ਹੈ ਰੈਡੀ, ਵੈਰੀ ਹੈਪੀ, ਬਿਕੋਜ਼ ਅ ਚੇਂਜ ਵਾਸ ਰਿਕੁਆਇਰਡ ਫॉर द ਯੰਗ ਜਨਰੇਸ਼ਨ ਟੂ ਕਮ ਫਾਰਵਰਡ, ਬਿਕੋਜ਼ ਨੋ ਇੰਡਸਟਰੀਜ਼ ਆਰ ਹੇਅਰ ਇਨ ਦੀ ਪੰਜਾਬ ਰੀਜਨ, ਐਂਡ ਯੰਗਸਟਰਸ ਦੇ ਹੈਵ ਟੂ ਗੋ ਆਊਟ ਟੂ ਫਾਈਂਡ ਆਊਟ ਦੀ ਵਰਕ, ਦ ਜੌਬਸ ਅਕੋਰਡਿੰਗ ਟੂ ਥੇਅਰ ਐਜੂਕੇਸ਼ਨ। ਸੋ ਵੀ ਆਰ ਰੀਅਲੀ ਵੈਰੀ ਹੈਪੀ ਐਂਡ ਲੁਕਿੰਗ ਫਾਰਵਰਡ ਫਾਰ ਦ ਓਪਰਚੁਨਿਟੀਜ਼ ਫਾਰ ਦ ਯੰਗ ਜਨਰੇਸ਼ਨ ਦੈਟ ਆਰ ਸਰ ਮਿਸਟਰ ਕੁਲਵੰਤ ਸਿੰਘ ਹੀ ਵਿਲ ਬ੍ਰਿੰਗ ਫਾਰਵਰਡ ਫਾਰ ਅਸ, ਐਂਡ ਵੀ ਆਰ ਰੀਅਲੀ ਵੈਰੀ ਹੈਪੀ। ਆਮ ਆਦਮੀ ਪਾਰਟੀ ਜਿੰਦਾਬਾਦ। ਦੇ ਕਦੋਂ ਦਿਖਾਓਗੇ? ਜਿੰਦਾਬਾਦ ਮੋਹਾਲੀ ਤੋਂ। ਕੀ ਕਹਿਣਾ ਚਾਹੋਗੇ? ਬਹੁਤ ਖੁਸ਼ੀ ਦਿਲਾ ਰਿਹਾ, ਸਾਰੇ ਪਾਸੇ ਖੁਸ਼ ਹੈ, ਹੁਣ ਪੰਜਾਬ ਦਾ ਵਿਕਾਸ ਹੋਏਗਾ ਸਾਰੇ ਪਾਸੇ। ਅਸੀਂ ਬਹੁਤ ਹੈਪੀ। ਕੀ ਕਹਿਣਾ ਚਾਹੋਗੇ? ਅਸੀਂ ਆਪਣੀ ਜਿੱਤ ਦਾ ਬਹੁਤ ਖੁਸ਼ ਹਾਂ, ਤੇ ਲੋਕਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ, ਠੀਕ ਹੈ, ਬਹੁਤ ਧੰਨਵਾਦ ਸਾਰਿਆਂ ਨੂੰ।
ਇਲਾਵਾ ਅਸੀਂ ਆਮ ਆਦਮੀ ਪਾਰਟੀ ਦੇ ਮੈਂ 7 ਸਾਲ ਤੋਂ ਮਿਲਦਾ ਹਾਂ ਸਾਰੇ ਪੰਜਾਬ ਦੇ ਟੂਰ ਕੱਢ ਕੇ ਦਿੱਲੀ ਕੱਢ ਕੇ ਮੈਂ ਅੱਜ ਬਹੁਤ ਖੁਸ਼ ਹਾਂ ਕਿ ਸਾਡੇ ਮਾਲੀ ਦੇ ਜਿਹੜੇ ਵਜੀਰ ਸਿੱਧੂ ਨੇ ਬਹੁਤ ਦੇਰ ਤੋਂ ਕਰਕੇ ਹੋਏ ਸੀ ਉਹਨਾਂ ਨੇ ਅੱਜ ਤੱਕ ਕੋਈ ਨਹੀਂ ਕੀਤਾ ਅੱਜ ਕੁਲਵੰਤ ਸਿੰਘ ਜੀ ਨੂੰ ਮਾਣ ਆ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੇਗਾ ਆਮ ਆਦਮੀ ਪਾਰਟੀ ਨੂੰ ਉੱਪਰ ਲੈ ਕੇ ਜਾਏਗਾ ਕੇਜਰੀਵਾਲ ਜਿੰਦਾਬਾਦ ਕੁਲਵੰਤ ਮਾਨ ਜਿੰਦਾਬਾਦ ਹਾਂਜੀ ਬਹੁਤ ਵਧੀਆ ਹੋਇਆ ਜੀ ਧਾਰਮਿਕ ਜਿੱਤ ਹੋਈ ਹੈ ਸੱਚ ਦੀ ਜਿੱਤ ਹੋਈ ਹੈ ਜੀ ਬਹੁਤ ਵਧੀਆ ਠੀਕ ਹੋਇਆ ਜੀ ਜਾਣੀ ਕਿ ਆਉਣ ਵਾਲੇ ਕੰਮਾਂ ਵਾਲਾ ਉਮੀਦ ਹੈ ਵੀ ਬਹੁਤ ਵਧੀਆ ਕੰਮ ਹੋਣਗੇ ਬੱਚਿਆਂ ਦੀ ਪੜ੍ਹਾਈ ਲਿਖਾਈ ਮਾੜਾ ਮੋਟਾ ਬੱਚਿਆਂ ਨੂੰ ਨਸ਼ਿਆਂ ਪਾਸਿਆਂ ਤੋਂ ਹਟਾਉਂਦੇ ਅੱਜ ਦੇ ਨੌਕਰੀਆਂ ਚੁੱਪੀਆਂ ਮਿਲਦੇ ਫਿਰ ਇਹਨਾਂ ਕੰਮਾਂ ਵਾਲਾ ਤਾਂ ਵਰਤਦੇ ਹੋ ਆਪਣੇ ਸਿੱਧੇ ਕੰਮਾਂ ਲੈਂਦੇ ਹੁਣ ਤੁਹਾਨੂੰ ਪਤਾ ਵੀ ਮਾੜਾ ਮੋਟਾ ਸੁਧਾਰ ਪੰਜਾਬ ਦਾ ਕੋਈ ਨਾ ਕੋਈ ਸੁਧਾਰ ਕਰਦੇ ਜਿਹੜੇ ਜਿੱਤ ਹੋਈ ਹੈ ਮਤਲਬ ਸੱਚਾਈ ਕੀ ਹੋਈ ਹੈ ਧਰਮ ਦੀ ਜਿੱਤ ਹੋਈ ਹੋਈ ਆ ਪੂਰੇ ਪੰਜਾਬ ਦੇ ਵਿੱਚ ਇਹ ਜਿੱਤ ਨੂੰ ਆਮ ਆਦਮੀ ਪਾਰਟੀ ਜਿੱਤ ਨਾ ਸਮਝਿਓ ਇਹ ਜਿੱਤ ਹੋਣਾ ਲੋਕਾਂ ਦੀ ਆ ਜਿਹਨਾਂ ਨੇ ਸਬਰ ਕੀਤਾ ਸੀ ਇਹ ਜਿੱਤ ਹੋਣਾ ਲੋਕਾਂ ਦੀ ਆ ਜਿਹੜੇ ਅੱਗੇ ਵਧਣਾ ਚਾਹੁੰਦੇ ਆ ਸੋ ਪੰਜਾਬ ਨੇ ਸਾਬਤ ਕਰਤਾ ਵੀ ਪੰਜਾਬ ਹੁਣ ਤਰੱਕੀ ਚਾਹੁੰਦਾ ਮੁਬਾਰਕਾਂ ਦਿੰਦਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੇ ਕੁਲਵੰਤ ਸਿੰਘ ਜੀ ਨੂੰ ਤੇ ਭਗਵੰਤ ਮਾਨ ਨੂੰ ਮੁਬਾਰਕਾਂ ਦਿੰਦਾ ਮੈਂ ਤੇ ਸਾਰਾ ਪੰਜਾਬ ਨਾਲ ਹੈ ਆਮ ਆਦਮੀ ਪਾਰਟੀ ਦੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਗਿਆ ਪੰਜਾਬ ਇਹ ਸਾਬਤ ਕਰਤਾ ਧਰਮਾਂ ਤੋਂ ਉੱਪਰ ਉੱਠ ਗਿਆ ਪੰਜਾਬ ਸੋ ਹੁਣ ਵਾਰੀ ਹੈ ਪੰਜਾਬ ਆਮ ਆਦਮੀ ਪਾਰਟੀ ਨੂੰ ਸਾਬਤ ਕਰਨ ਦੀ ਕਿ ਹੁਣ ਉਹ ਕੀ ਪੰਜਾਬ ਦੇ ਵਿੱਚ ਕਰਦੀ ਹੈ ਆਉਣ ਵਾਲੀ ਜਨਰੇਸ਼ਨ ਵਾਸਤੇ ਸੋ ਸਾਰੇ ਨੂੰ ਮੁਬਾਰਕਾਂ ਸਾਰੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਦਿਓ ਇਜਾਜ਼ਤ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਬਹੁਤ ਬੜਾ ਇਤਿਹਾਸ ਰਚਾ ਗਿਆ ਹੈ ਬਹੁਤ ਹੀ ਜ਼ਿਆਦਾ ਲੀਡ ਸੇ ਕੁਲਵੰਤ ਜੀ ਜੀਤੇ ਹੈ ਔਰ ਇਸ ਬਾਤ ਦੀ ਬਹੁਤ ਹੀ ਖੁਸ਼ੀ ਹੈ ਔਰ ਮੁਝੇ ਨਹੀਂ ਲਗਤਾ 2028 ਮੈਂ ਹਮੇ ਵੋਟ ਮੰਗਣੇ ਕੀ ਜ਼ਰੂਰਤ ਪੜੇਗੀ ਇਤਨੇ ਕਾਮ ਹੋ ਜਾਏਗੇ ਸ਼ਿਕਸ਼ਾ ਅੱਛੀ ਹੋ ਜਾਏਗੀ ਔਰ ਮੇਰੇ ਪਾਸ ਵੋਟ ਨਹੀਂ ਹੈ ਬਹੁਤ ਬਹੁਤ ਧੰਨਵਾਦ